ਪੁੱਤਰ ਜੀ ਅੰਕਲ ਨੂੰ ਗਾਣਾ ਸੁਣਾਓ। ਤੇਰੀ ਭੈਣ ਦਾ ਓਏ ਡੈਡੀ ਤੁਸੀਂ ਅੱਗੇ ਤਾਂ ਸੁਣ ਲੋ। ਤੇਰੀ ਭੈਣ ਦਾ ਮੈਂ ਛੱਡ ਦਿੱਤਾ ਖੇੜਾ, ਤੂੰ ਲੰਬਦੀ ਸ਼ਰੀਫ ਪਰ ਮੁੰਡਾ ਮੈਂ ਵੇੜਾ, ਤੂੰ ਕਿ ਮਿੱਤਰਾਂ ਨਾਲ ਧੋਖਾ। ਸਲਾਮ ਅਲੈਕੁਮ ਜੀ, ਮੈਂ ਕੁਈਨ ਅਲਿਜ਼ਬਥ ਬੋਲਦੀ ਪਈ ਹਾਂ ਇੰਗਲੈਂਡ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜਿਸ ਦਿਨ ਦੀ ਇਹ ਕੁੜੀ ਆਈ ਹੈ ਵਿਆਹ ਕੇ ਸਾਡੇ ਘਰੋਂ, ਅਮਰੀਕਾ ਸੀ ਇਹ ਮੈਗਨ ਮਾਰਕਲ, ਇਹਨੇ ਸਾਡੇ ਘਰ ਪਿੱਟ ਸਿਆਪਾ ਪਾਇਆ ਹੋਇਆ। ਇਹ ਜਿਹੜਾ ਮੁੰਡਾ ਹੈਰੀ ਹੈ ਜਿਸ ਦਿਨ ਇਹ ਜੰਮਿਆ ਸੀ, ਮੈਂ ਉਸੇ ਦਿਨ ਡਿਆਨਾ ਨੂੰ ਕਿਹਾ ਸੀ ਵੀ ਤੇਰਾ ਇਹ ਮੁੰਡਾ ਮੈਨੂੰ ਕੋਈ ਕਾਇਦੇ ਦਾ ਨਹੀਂ ਲੱਗਦਾ ਪਿਆ। ਬਹਰਹਾਲ ਕੁੜੀ ਸਾਡੀ ਜਿਸ ਦਿਨ ਦੀ ਨੂੰਹ ਆਈ ਹੈ, ਮੁੰਡਾ ਸਾਡਾ ਲਾਈ ਲੱਗ ਗਏ, ਉਹਨੇ ਲਾ ਲਿਆ ਆਪਣੇ ਨਾਲ। ਹੁਣ ਤੁਸੀਂ ਵੇਖੋ ਇੰਨੇ ਪੈਸੇ, ਇੰਨੀਆਂ ਤਨਖਾਹਾਂ, ਇੰਨੇ ਮਰਾਤ, ਔਰ ਸਾਡਾ ਦੇਸ਼ ਛੱਡ ਕੇ ਉਹ ਇਸ ਕੁੜੀ ਦੇ ਪਿੱਛੇ ਕਨੇਡਾ ਜਾਣ ਨੂੰ ਤਿਆਰ ਹੈ। ਕਹਿੰਦਾ ਭਾਵੇਂ ਮੈਂ ਉੱਥੇ ਮੈਕਡੋਨਲਡਸ ਦੇ ਬਰਗਰ ਲਾ ਲਵਾਂ ਅਤੇ ਭਾਵੇਂ ਮੈਂ ਉੱਥੇ ਪੀਜ਼ੇ ਲਾ ਲਵਾਂ, ਪਰ ਮੈਂ ਇੱਥੇ ਦੀ ਬਾਦਸ਼ਾਹਤ ਮੈਨੂੰ ਕਬੂਲ ਨਹੀਂ ਹੈ। ਬਈ ਬੇਨਸਲੀਆਂ ਔਰਤਾਂ ਦੇ ਨਾਲ ਤੁਸੀਂ ਮੁੰਡੇ ਵਿਆਹ ਕਰੋਗੇ ਅਤੇ ਇਹੋ ਹੀ ਹਾਲ ਹੋਏਗਾ ਨਾ ਹੁਣ ਜਿਹੜਾ ਹੋ ਰਿਹਾ। ਚਲੋ ਮੈਂ ਕਹਿੰਦੀ ਹਾਂ ਡਿਆਨਾ ਵੀ ਕੋਈ ਏਡੀ ਨਹੀਂ ਸੀ, ਪਰ ਇਹਦੇ ਨਾਲੋਂ ਤਾਂ ਚੰਗੀ ਸੀ। ਮੈਂ ਕਹਿੰਦੀ ਹਾਂ ਉਹ ਸਾਡੀਆਂ ਨੌਹਾਂ ਵਿੱਚੋਂ ਫਿਰ ਵੀ ਚੰਗੀ ਸੀ। ਬਈ ਭਰਾ ਨੂੰ ਭਰਾ ਦੇ ਨਾਲ ਜਦਾ ਕਰ ਦਿੱਤਾ, ਨਾ ਹੈਰੀ ਅਤੇ ਨਾ ਦੂਆ ਸਾਡਾ ਮੁੰਡਾ ਜਿਹੜਾ ਵਿਲੀਅਮ ਇੱਕ ਦੂਜੇ ਦਾ ਮੂੰਹ ਵੇਖਦੇ ਨੇ, ਨਾ ਇੱਕ ਦੂਜੇ ਨਾਲ ਬਹਿ ਕੇ ਸਲੂਕ ਨਾਲ ਗੱਲ ਕਰਦੇ ਨੇ। ਦਰਾਣੀਆਂ ਜਠਾਣੀਆਂ ਨੇ ਲਹਿਦਾ ਕੁੱਤਖਾਨਾ ਪਾਇਆ ਹੋਇਆ। ਕੇਟ ਇਹਦੇ ਨਾਲ ਗੱਲ ਨਹੀਂ ਕਰਦੀ, ਇਹ ਕੇਟ ਦੇ ਨਾਲ ਗੱਲ ਨਹੀਂ ਕਰਦੀ। ਜਿਸ ਦਿਨ ਦੀ ਇਹ ਕੁੜੀ ਸਾਡੇ ਘਰ ਵਿਆਹ ਕੇ ਆਈ ਹੈ ਬੇਨਸਲੀ, ਇਹਨੇ ਸਾਡੇ ਘਰ ਵਿੱਚ ਫਸਾਦ ਪਾਇਆ ਹੋਇਆ, ਔਰ ਕਹਿੰਦੀ ਹੈ ਜੀ ਮੈਨੂੰ ਕੈਨੇਡਾ ਲੈ ਕੇ ਜਾਓ, ਮੈਂ ਉੱਥੇ ਆਪਣੀਆਂ ਐਕਟਿੰਗਾਂ ਕਰਾਂ, ਸ਼ਕੀਨੀਆਂ ਕਰਾਂ, ਅਤੇ ਤੁਹਾਡੀ ਬਾਦਸ਼ਾਹਤ ਪਏ, ਬਾਦਸ਼ਾਹਤ ਪਏ ਚੁੱਲ੍ਹੇ 'ਚ। ਇਹ ਸਾਡਾ ਇਹਨੇ ਹਾਲ ਕਰ ਦਿੱਤਾ, ਮੈਗਜ਼ਿਟ 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 ਸਾਰੀਆਂ ਅਖਬਾਰਾਂ ਨੇ ਸਾਡਾ ਨਸ਼ਰ ਕਰ ਦਿੱਤਾ, ਸਾਡੇ ਖਾਨਦਾਨ ਦੀ ਬੇਇੱਜ਼ਤੀ ਇਹਨੇ ਐਡੀ ਕਰ ਸਕੀ ਹੈ। ਯਕੀਨ ਕਰੋ ਮੈਂ ਆਪਣੇ ਹਮਸਾਇਆਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਜੇ ਰਹਿ ਗਈ। ਤੁਹਾਨੂੰ ਕੀ ਪਤਾ ਮੇਰੇ ਸਾਡੇ ਘਰ ਦੇ ਹਾਲਾਤ ਇਹਨੇ ਕੀ ਕਰ ਦਿੱਤੇ। ਇਹਨਾਂ 'ਤੇ ਡਿਆਨਾ ਦੇ ਰੋਣ 'ਤੇ ਪਿੱਟ ਸਿਆਪਾ ਨਹੀਂ ਸੀ ਪਿਆ ਜਿੰਨਾ ਇਹਨਾਂ ਇਸ ਕੁੜੀ ਨੇ ਇੱਥੇ ਪਾ ਦਿੱਤਾ। ਮੁੰਡੇ ਸਾਡੇ ਨੂੰ ਅੱਗੇ ਲਾ ਕੇ ਇੰਨੀ ਲਾਈ ਲੱਗ, ਸਾਡਾ ਮੁੰਡਾ ਲਾਲ ਵਾਲਾਂ ਵਾਲਾ ਸੂਏ ਲਾਲ ਵਾਲ ਸੂ ਬਾਂਦਰ ਜਿਹਾ ਹੈ, ਇਹ ਦਿਮਾਗ ਇਹਦਾ ਕੰਮ ਕਰਦਾ ਕੋਈ ਨਹੀਂ। ਮੈਂ ਹੁਣ ਕਿਹਦੇ ਅੱਗੇ ਰੋਣੇ ਰੋਵਾਂ? ਬਸ ਅੱਜ ਤੁਹਾਨੂੰ ਇਹੋ ਹੀ ਰੋਣਾ ਸੁਣਾਉਣ ਲਈ ਮੈਂ ਜ਼ਰਾ ਇੱਕ ਵੀਡੀਓ ਆਡੀਓ ਜੋ ਵੀ ਹੁੰਦੀ ਹੈ ਭਰੀ ਸੀ। ਚੰਗਾ, ਸਲਾਮ ਅਲੈਕਮ। ਔਰ ਰਸਗੁੱਲੇ ਜਿਹਾ ਤੇਰਾ ਯਾਰ ਮਿੱਠੀ ਹੈ ਕਰ ਪੱਪੀਆਂ। ਮੈਂ ਸ਼ਗਨ ਸਕੀਮ ਚਲਾਈ ਆ, ਉਹ ਮੈਂ ਘਰ ਦਾ ਰਾਸ਼ਨ ਲੈ ਕੇ ਆਉਣਾ। ਜਦ ਮੈਂ ਤੇਰੀ ਉਮਰ ਦਾ ਸੀ ਨਾ, ਜੇਬ ਚ 10 ਰੁਪਏ ਲੈ ਕੇ ਜਾਂਦਾ ਹੁੰਦਾ ਸੀ, ਆਟਾ ਤੇਲ ਸਾਬਣ ਦਾਲ ਘਿਓ ਸਾਰਾ ਰਾਸ਼ਨ ਲੈ ਆਉਂਦਾ ਸੀ। ਅੱਜ ਕੱਲ ਪਹਿਲੀਆਂ ਹਰਕਤਾਂ ਨਹੀਂ ਚੱਲਣੀਆਂ, ਹਰੇਕ ਦੁਕਾਨ ਤੇ ਕੈਮਰੇ ਲੱਗੇ ਹੁੰਦੇ ਆ, ਚੋਰੀ ਲੈ ਕੇ ਆਉਂਦਾ ਸੀ। ਮੰਮੀ ਹਾਂ, ਸੰਤਰਾ ਖਾਣਾ? ਛਿਲਕੇ ਫੜਾ ਦੇ, ਛਿਲਕੇ ਖਾਣਾ ਆ ਲੈ, ਛਿਲਕੇ ਥੋੜਾ ਮੰਗ। ਤੂੰ ਆਪ ਹੀ ਗਿਆ ਛਿਲਕੇ ਦੇ ਦੇ। ਮੈਂ ਕਿਹਾ ਛਿਲਕੇ ਦੇ ਦੇ, ਫਿਰ ਛਿਲਕੇ ਗਿਆ ਨਾ, ਫਿਰ ਤੂੰ ਛਿਲਕੇ ਗਿਆ। ਛਿਲ ਇਹਨਾਂ ਦਾ ਏਡਾ ਵੱਡਾ ਘਰ ਆ, ਇਹਨਾਂ ਦੇ ਘਰ ਭੂੰਡ ਵੀ ਆਇਆ ਹੋ ਕੇ ਵੜਦਾ ਹੀ। ਇਹਨਾਂ ਦੇ ਘਰੋਂ ਮੱਖੀ ਸਪੀਡ ਨਾਲ ਲੰਘ ਜੂਏ, ਨਿਆਣੇ ਖਾਪਾ ਦਿੰਦੇ। ਹੈਲੀਕਾਪਟਰ ਹੈਲੀਕਾਪਟਰ। ਚੱਲ ਚੱਲੀ ਆਪਾਂ, ਖੜ ਜਾ ਭਰਾਵਾ, ਪੂਰੀ ਗੱਲ ਤਾਂ ਸੁਣ ਲੈ ਪਹਿਲਾਂ। ਆ ਨਾਲ ਦੇ ਪਿੰਡ ਦੇ ਗੱਜਣ ਸਿਓਣੇ ਅਗਲਿਆਂ ਦੀ ਕੁੜੀ ਵੱਲ ਮਾਰੀ ਨਿਗਾਹ ਨਾਲ ਝਾਕਦਾ ਸੀ। ਜੇ ਨੀਤ ਮਾੜੀ ਫਿਰ ਤੇ ਮਾਰੋ, ਪਰ ਕਿਸੇ ਬੰਦੇ ਦੀ ਨਿਗਾਹ ਠੀਕ ਵੀ ਤੇ ਹੋ ਸਕਦੀ ਹੁੰਦੀ ਕਿ ਨਹੀਂ? ਲੈ ਜਦੋਂ ਨਿਗਾਹ ਹੀ ਰੱਖ ਲਈ, ਫਿਰ ਚੰਗੀ ਕਿਵੇਂ ਹੋ ਗਈ? ਨਹੀਂ ਪਰ ਉਹਦੇ ਨਾਲ ਜਿਹੜਾ ਨਹਾਇਤ ਸ਼ਰੀਫ ਯਾਰ ਬੇਲੀ ਸੀ ਉਹਦਾ, ਉਹ ਵੀ ਮਾਰਤਾ। ਜੇ ਉਹ ਨਾਲ ਹੁੰਦਾ ਨਾ, ਉਹ ਵੀ ਮਾਰ ਦੇਣਾ ਸੀ। ਮੈਂ ਕਿਵੇਂ ਮਾਰ ਦੇਣਾ ਸੀ, ਉਹਦਾ ਕੀ ਕਸੂਰ ਹੈ? ਯਾਰ ਬੇਲੀ ਨੇ ਕਿਹਾ ਹੋਣਾ ਚੱਲ ਚੱਲੀਏ, ਉਹ ਭੋਲਾ ਬੰਦਾ ਉੱਠ ਕੇ ਨਾਲ ਤੁਰ ਪਿਆ ਹੋਣਾ। ਠੀਕ ਹੈ ਵੈਸੇ, ਤਾਰ ਦੇ ਹੈ, ਤਾਰ ਦੇ ਤਾਰ ਦੇ ਤਾਰ। ਦਿਮਾਗ ਲਿਆ ਤੇਰਾ, ਅਨਪੜ ਜਾਣਾ ਵਜੇ ਪੜ ਲੈਣਾ। ਸਪਾਹੀਆਂ ਵਾਲੇ ਕੰਮ ਤੁਹਾਡੇ, ਗੰਦੇ ਮੂੰਹ ਵਾਲਾ, ਅਨਪੜ। ਡੱਪ ਡੱਪ ਆ ਦੇਖ ਲੈ ਮਾਮਾ, ਮੈਨੂੰ ਸਰਕਾਰੀ ਸਾਹ ਦੱਸਦਾ। ਚੱਲ ਮੰਨਿਆ ਮੈਂ ਸਰਕਾਰੀ ਸਾਹ ਨਾ, ਰਾਸ਼ਨ ਤਾਂ ਮੇਰੇ ਪਿਓ ਦਾ, ਉਹ ਤਾਂ ਨੀ ਸਰਕਾਰ ਦਾ। ਓਏ ਉਹੀ ਤਾਂ ਮੈਂ ਪਿੱਟਦਾ, ਕਦੋਂ ਤੱਕ ਪਿਓ ਦੇ ਸਿਰ ਤੇ ਬੈਠਾ ਖਾਈ ਜਾਵੇਂਗਾ? ਜਿੰਨੇ ਚਿਰ ਮੁੱਕਦਾ ਵੀ ਸਵੇਰੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਕਿੰਨੇ ਵਾਰੀ ਕਿਹਾ ਬਾਕੀ ਸਾਰਾ ਦਿਨ ਪਿਆ, ਬੇਇੱਜ਼ਤੀ ਕਰਨ ਨੂੰ ਉਦੋਂ ਕਰ ਲਿਆ ਕਰੋ। ਉਦੋਂ ਬੇਟੇ ਬਿਜ਼ੀ ਹੁੰਦੇ ਆ ਨਾ, ਕਦੇ ਚ ਮੇਰੇ ਕੋਲੋਂ ਬੇਇੱਜ਼ਤੀ ਕਰਾਉਣ ਚ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਕੀ ਦੇਖਣਾ? ਕੱਪੜੇ ਦੇਖਣੇ, ਹੋਰ ਇਹਨੂੰ ਦੇਖਣ ਤਾਂ ਆਏ ਨੀ।
ਡਟ ਪੱਟ ਮੂੰਹ ਨੂੰ ਲਾਵਾਂ ਤੇ ਕੜਾ ਚ ਬੱਲੀਏ ਯਾਰ ਬਿੱਲੀ ਮੈਨੂੰ ਕਹਿੰਦੇ ਨੇ ਕਲੱਚ ਬੱਲੀਏ ਤੇਰੇ ਕਲੱਚਾਂ ਨੂੰ ਕਲੀਸ ਦੇਣ ਵਾਲੀ ਹੋਈ ਆ ਰਾਮਦੇਵ ਆਟਾ ਬੱਲੀ ਮੈਂ ਕਾਲਾ ਟਿੱਕਾ ਲਾ ਦਵਾਂ ਕਿਉਂ ਇਹਦੀ ਨੂੰ ਕਰ ਓਏ ਹਾਂ ਟਿੱਕਾ ਕਿੱਥੇ ਲਾਇਆ ਸੀ ਇੱਥੇ ਹੀ ਲਾਇਆ ਸੀ ਹਾਂ ਮੈਨੂੰ ਲੱਗਦਾ ਗਵਾਚ ਇੰਨਾ ਤੂੰ ਕਹਿੰਦਾ ਮੈਂ ਪੜਦਾ ਬੜਾ ਪੜਦਾ ਬੜਾ ਇੰਗਲਿਸ਼ ਸੁਣ ਲਓ ਮੇਰੀ ਅਮਰਿੰਦਰ ਗੋ ਕੈਨੇਡਾ ਐਂਡ ਸੋ ਮਿਸਟਰ ਅਮਰਿੰਦਰ ਐਂਡ ਗੂਗੋ ਕੈਨੇਡਾ ਐਂਡ ਵਿਜ਼ਨਸਰ ਐਂਡ ਸਪੀਕ ਟਾਪਿਕ ਹੈ ਨਹੀਂ ਤਾਂ ਇੰਗਲਿਸ਼ ਤੇਰੀ ਇੰਨੀ ਸੋਹਣੀ ਬੈਣ ਕਿਉਂ ਨਹੀਂ ਦਿੰਦੇ ਪਤਾ ਨਹੀਂ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਹਿੰਦੇ ਤੁਸੀਂ ਜ਼ਿਆਦਾ ਹਾਈ ਬੋਲਦੇ